ਭਾਈਚਾਰਾ 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 ਦਾ ਰੌਲਾ ਪਾਉਣੇ ਆ ਨਾ, ਭਾਈਚਾਰਾ ਹੋਣਾ ਬਹੁਤ ਵਧੀਆ ਗੱਲ ਆ, ਸਹਿਚਾਰਤਾ ਹੋਣੀ ਬਹੁਤ ਵਧੀਆ ਗੱਲ ਆ, ਪਰ ਉਸ ਸਹਿਚਾਰਤਾ ਦੀ ਆੜ ਹੇਠ ਇਹ ਥੋੜੀ ਆ ਵੀ ਅਸੀਂ ਛਿੱਤਰ ਖਾਈ ਜਾਵਾਂਗੇ। ਉੱਠੂਗਾ, ਉੱਠ ਕੇ ਸਾਡੇ ਬੱਚਿਆਂ ਨਾਲ ਕੁੱਟਮਾਰ ਕਰੂਗਾ, ਉੱਠ ਕੇ ਸਾਡੀਆਂ ਦਸਤਾਰਾਂ ਲਾਊਗਾ, ਸਾਡੇ ਕੇਸ ਪੱਟੂਗਾ, ਸਾਡੇ ਸਿਰ ਪਾੜੂਗਾ, ਤੇ ਅਸੀਂ ਅਗਲੇ ਬੰਨਿਓ ਭਾਈਚਾਰਾ ਭਾਈਚਾਰਾ ਕੂਕੀ ਜਾਵਾਂਗੇ ਤੇ ਗੱਲ ਨਹੀਂ ਬਣਦੀ। ਉਹ ਇੱਕ ਵੀਡੀਓ ਵਾਇਰਲ ਹੋਈ, ਤੁਸੀਂ ਸਾਰਿਆਂ ਸ਼ਾਇਦ ਦੇਖੀ ਹੋਣੀ ਆ, ਵੀ ਯੂਪੀ ਸਾਈਡ ਸ਼ਾਇਦ ਕੋਈ ਸ਼ਹਿਰ ਪੈਂਦਾ ਵਾ, ਉਹਦੇ ਵਿੱਚ ਜਿਹੜੇ ਸਿਕਲੀਗਰ ਸਿੱਖ ਨੌਜਵਾਨ ਨੇ ਚਾਰ ਤਕਰੀਬਨ 3-4, ਉਹਨਾਂ ਦੇ ਨਾਲ ਕੁਝ ਮੁਸਲਮਾਨਾਂ ਦੇ ਵੱਲੋਂ ਬਹੁਤ ਕਰੂਰਤਾ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ, ਕੇਸਾਂ ਤੋਂ ਫੜ ਕੇ ਧੋਇਆ ਜਾ ਰਿਹਾ ਉਹਨਾਂ ਦੇ। ਤੁਸੀਂ ਦੇਖ ਸਕਦੇ ਹੋ ਵੀ ਵੀਡੀਓ ਵਿੱਚ ਦੇਖੋਗੇ, ਰਾਡਾਂ ਦੇ ਨਾਲ ਕੁੱਟਿਆ ਜਾ ਰਿਹਾ, ਖੂਨੋ ਖੂਨ ਕੀਤਾ ਪਿਆ। ਕਸੂਰ ਉਹਨਾਂ ਦਾ ਕਹਿੰਦੇ ਵੀ ਸਿਰਫ ਇੰਨਾ ਸੀਗਾ ਵੀ ਉਹ, ਕਿਉਂਕਿ ਉਸ ਇਲਾਕੇ ਤੁਸੀਂ ਆਮ ਦੇਖਦੇ ਹੋ ਵੀ ਜੰਗਲੀ ਸੂਰ ਵਗੈਰਾ ਜਿਹੜੇ ਹੁੰਦੇ ਆਉਂਦੇ ਨੇ, ਕੋਈ ਉਹਨਾਂ ਦਾ ਕੋਈ ਉਹ ਕਰਦੇ ਹੋਣਗੇ, ਕੋਈ ਪਾਲਤੂ ਉਹਨਾਂ ਦਾ ਕੋਈ ਪਾਲਣ ਪੋਸ਼ਣ ਕਰਦੇ ਨੇ, ਸੂਰ ਪਾਉਂਦੇ ਨੇ, ਉਹ ਭੱਜ ਗਿਆ। ਉਹ ਆਪਣਾ ਸੂਰ ਲੱਭਦੇ ਫਿਰਦੇ ਸੀ ਰਾਤ ਉੱਥੇ, ਬਸ ਉਹਦਾ ਸੂਰ ਲੱਭਣਾ ਜੁਰਮ ਹੋ ਗਿਆ ਉਹਨਾਂ ਦਾ, ਤੇ ਇਸ ਕਰਕੇ ਸਾਡੇ ਇਲਾਕੇ ਤੁਸੀਂ ਕਿਉਂ ਆਏ ਹੋ, ਤੇ ਇਹਦੇ ਹੀ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਉਹਨਾਂ ਦੇ ਨਾਲ ਇੰਨੀ ਕਰੂਰਤਾ ਦੇ ਨਾਲ ਕੁੱਟਮਾਰ ਕੀਤੀ ਕਿ ਜਿਹੜਾ ਆ ਭਾਈਚਾਰਾ ਭਾਈਚਾਰਾ ਭਾਈਚਾਰੇ ਦਾ ਰੌਲਾ ਪਾਉਂਦੇ ਆ ਨਾ, ਭਾਈਚਾਰਾ ਹੋਣਾ ਬਹੁਤ ਵਧੀਆ ਗੱਲ ਆ, ਸਹਿਚਾਰਤਾ ਹੋਣੀ ਬਹੁਤ ਵਧੀਆ ਗੱਲ ਆ, ਪਰ ਉਸ ਸਹਿਚਾਰਤਾ ਦੀ ਆੜ ਹੇਠ ਇਹ ਥੋੜ੍ਹੀ ਆ ਵੀ ਅਸੀਂ ਛਿੱਤਰ ਖਾਈ ਜਾਵਾਂਗੇ, ਇਹ ਥੋੜ੍ਹੀ ਆ ਵੀ ਅਸੀਂ ਕੁੱਟ ਖਾਈ ਜਾਵਾਂਗੇ। ਕੋਈ ਉੱਠੂਗਾ, ਉੱਠ ਕੇ ਸਾਡੇ ਬੱਚਿਆਂ ਨਾਲ ਕੁੱਟਮਾਰ ਕਰੂਗਾ, ਉੱਠ ਕੇ ਸਾਡੀਆਂ ਦਸਤਾਰਾਂ ਲਾਊਗਾ, ਸਾਡੇ ਕੇਸ ਪੱਟੂਗਾ, ਸਾਡੇ ਸਿਰ ਪਾੜੂਗਾ, ਤੇ ਅਸੀਂ ਅਗਲੇ ਬੰਨਿਓ ਭਾਈਚਾਰਾ ਭਾਈਚਾਰਾ ਕੂਕੀ ਜਾਵਾਂਗੇ ਤੇ ਗੱਲ ਨਹੀਂ ਬਣਦੀ ਹੁੰਦੀ। ਭਾਈਚਾਰੇ ਦਾ ਮਤਲਬ ਹੁੰਦਾ ਦੋਵਾਂ ਬੰਨਿਆਂ ਤੋਂ ਇੱਕੋ ਜਿਹਾ ਸੁਮੇਲ, ਦੋਵਾਂ ਬੰਨਿਆਂ ਤੋਂ ਇੱਕੋ ਜਿਹਾ ਰਿਐਕਟ ਕਰਨਾ, ਰਿਐਕਸ਼ਨ ਕਰਨਾ। ਹੱਥ ਬੰਨ ਕੇ ਕੁੱਟਿਆ ਬੱਚਿਆਂ ਨੂੰ ਇਸ ਤਰੀਕੇ ਨਾਲ, ਤੁਸੀਂ ਦੇਖੋਗੇ ਵੀਡੀਓ ਵਾਇਰਲ ਹੋਈ ਵੀ, ਇੱਥੇ ਲਿੰਕ ਵੀ ਪਾ ਦਿਆਂਗੇ, ਨੌਜਵਾਨਾਂ ਕੋਲ ਵੀਡੀਓ ਹੈਗੀ ਆ, ਬਾਅਦ 'ਚ ਫੇਸਬੁੱਕ 'ਤੇ ਕਹਾਉਂਦੇ ਪਾ ਦਾਂਗੇ, ਨਹੀਂ ਕਿਸੇ ਨੇ ਵੇਖੀ ਤਾਂ ਉਹ ਵਾਇਲੇਸ਼ਨ ਵਾਲੀ ਆ ਸ਼ਾਇਦ, ਇਸ ਕਰਕੇ ਉਹ ਪੈਣੀ ਨਹੀਂ ਫੇਸਬੁੱਕ ਦੇ ਉੱਤੇ। ਬੱਚਿਆਂ ਦੇ ਸਿਰਾਂ 'ਚੋਂ ਇਤਨਾ ਖੂਨ ਵਗ ਰਿਹਾ ਕਿ ਇਸ ਬੱਚਿਆਂ ਦੇ ਖਿਲਰੇ ਹੋਏ ਨੇ, ਕੀ ਕਸੂਰ ਸੀ ਉਹਨਾਂ ਦਾ। ਸੋ ਮੇਰੀ ਇੱਕ ਤਾਂ ਬੇਨਤੀ ਹੈ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਵੱਡੀਆਂ, ਜਿਨ੍ਹਾਂ ਦੀ ਪਹੁੰਚ ਹੈਗੀ ਆ, ਜਿਹੜੀਆਂ ਅਪਰੋਚ ਕਰ ਸਕਦੀਆਂ ਨੇ ਉੱਥੇ, ਉੱਥੇ ਜਾ ਕੇ ਉਹਨਾਂ ਦੀ ਜਾ ਕੇ ਜਿਹੜੀ ਆ ਉਹ ਸਾਂਭ ਸੰਭਾਲ ਕੀਤੀ ਜਾਵੇ, ਬੱਚਿਆਂ ਦੀ ਇਲਾਜ ਕਰਾਇਆ ਜਾਵੇ, ਈਵਨ ਉਹਨਾਂ ਦੋਸ਼ਾਂ ਨੂੰ ਜਿਹੜੀ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ, ਦਵਾਈ ਜਾਵੇ। ਕਿਉਂਕਿ ਜਿਹੜੀਆਂ ਇਹ ਕਾਰਜ ਵੇਖੋ ਵੱਡੀਆਂ ਸੰਸਥਾਵਾਂ ਦੇ ਨੇ, ਹੁਣ ਸਾਡੀ ਇੰਨੀ ਸਮਰੱਥਾ ਹੈ ਨਹੀਂ ਭਾਈ, ਸਿੱਧੀ ਜਿਹੀ ਗੱਲ ਆ, ਐਵੇਂ ਫੜਕਾ ਮਾਰੀ ਜਾਈਏ ਵੀ ਸਾਡੀ ਸਮਰੱਥਾ ਇੰਨੀ ਹੈ ਨਹੀਂ, ਵੀ ਸਾਡੇ ਕੋਲ ਇੰਨਾ ਕੋਈ ਸਾਧਨ ਨਹੀਂ ਹੈਗੇ ਵੀ ਇੰਨੀ ਦੂਰ ਅਸੀਂ ਜਾ ਕੇ ਅਤੇ ਅਸੀਂ ਜਾ ਕੇ ਉੱਥੇ ਪੈਰਵਾਈ ਕਰ ਸਕੀਏ। ਜਿਹੜੀ ਸਿੱਧੀ ਸਪਸ਼ਟ ਗੱਲ ਆ, ਬੇਨਤੀ ਉਹ ਕਰ ਸਕਦੇ ਹਾਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਅਸੀਂ ਉਸ ਤਰ੍ਹਾਂ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੇ, ਇੱਕ ਵੀਡੀਓ ਰਾਹੀਂ ਬੇਨਤੀ ਕਰ ਰਹੇ ਹਾਂ। ਜਾਂ ਜਿਹੜੇ ਸਿੱਖ ਉੱਥੇ ਵੱਸਦੇ ਨੇ ਯੂਪੀ ਦੇ ਸਾਈਡ ਦੇ ਵਿੱਚ, ਜਿਹੜੇ ਸਿੱਖਾਂ ਦੀ ਸਮਰੱਥਾ ਹੈਗੀ ਆ, ਉਹ ਉਹਨਾਂ ਸਿੱਖਾਂ ਬੱਚਿਆਂ ਦੇ ਨਾਲ ਸੰਪਰਕ ਕਰਨ, ਉਹਨਾਂ ਨੂੰ ਬਣਦਾ ਇਨਸਾਫ ਦਿਵਾਉਣ, ਅਤੇ ਗਾਂਹ ਤੋਂ ਉਹਨਾਂ ਲੋਕਾਂ ਨੂੰ ਤਾੜਨਾ ਕੀਤੀ ਜਾਵੇ ਵੀ ਸਾਡੇ ਸਿੱਖ ਬੱਚਿਆਂ ਦੇ ਨਾਲ ਇੱਦਾਂ ਦੀ ਕੁੱਟਮਾਰ ਜਿਹੜੀ ਹੋਈ ਆ ਉਹ ਨਾ ਹੋਵੇ, ਇੱਦਾਂ ਦਾ ਕੋਈ ਧੱਕਾ ਨਾ ਹੋਵੇ। ਵੇਖੋ ਭਾਈਚਾਰਾ ਤਾਂ ਆਪਾਂ ਹਰ ਥਾਂ 'ਤੇ ਕਰਦੇ ਹਾਂ, ਪੰਜਾਬ ਵਿੱਚ ਵੀ ਦੇਖਦੇ ਹਾਂ, ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਵੀ ਦੇਖਦੇ ਹਾਂ, ਪਰ ਭਾਈਚਾਰਾ ਹਮੇਸ਼ਾ ਸਿੱਖਾਂ ਦੇ ਨਾਲ ਜਿਹੜਾ ਵਾ, ਦੂਜਾ ਭਾਈਚਾਰਾ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਭਾਵੇਂ ਉਹ ਕੁਝ ਹਿੰਦੂ ਵਿਚਾਰਧਾਰਾ ਦੇ ਅਧੀਨ ਸੋਚ ਦੇ ਲੋਕ ਹੋਣ, ਈਸਾਈਅਤ ਦੇ ਹੋਣ, ਮੁਸਲਮਾਨ ਹੋਣ, ਕਿਸੇ ਵੀ ਤਰ੍ਹਾਂ ਦੇ ਹੋਣ, ਪਰ ਕੁਝ ਲੋਕ ਉਹਨਾਂ ਦੇ ਵਿੱਚ ਅਜਿਹੇ ਹੁੰਦੇ ਨੇ ਜਿਹੜੀ ਨਫ਼ਰਤ ਦਾ ਪ੍ਰਗਟਾਵਾ ਸਮੇਂ 'ਤੇ ਕਰਦੇ ਰਹਿੰਦੇ ਨੇ। ਬਹੁਤ ਥਾਵਾਂ 'ਤੇ ਹੁੰਦਾ, ਜਿਵੇਂ ਦਿੱਲੀ ਵਿੱਚ ਆਮ ਵਰਤਾਰੇ ਆਪਾਂ ਵੇਖੇ ਨੇ, ਦਿੱਲੀ ਸਾਈਡ ਵਾਲੇ ਬੰਨੇ ਪੰਜਾਬ ਤੋਂ ਬਾਹਰ, ਵੀ ਸਿੱਖ ਨੌਜਵਾਨ ਦਸਤਾਰਾਂ ਲਾਈਆਂ ਜਾਂਦੀਆਂ ਰਹੀਆਂ ਨੇ, ਕੁੱਟਮਾਰ ਸਿੱਖਾਂ ਦੇ ਨੌਜਵਾਨਾਂ ਨਾਲ, ਧੀਆਂ ਤੱਕ ਜਿਵੇਂ ਈਵਨ ਧੀਆਂ ਨੂੰ ਵੀ ਹੱਥ ਪਾਏ ਜਾਂਦੇ ਰਹੇ ਨੇ। ਚਲੋ ਉਹ ਦੌਰ ਤਾਂ ਆਪਾਂ ਦੇਖਿਆ ਹੀ ਆ, ਜਿਹੜਾ 84 ਨਸਲ ਕੁਸ਼ੀ ਵਾਲਾ ਦੇਖਿਆ ਵੀ ਉਦੋਂ ਕਿਵੇਂ ਆਪਾਂ ਹੰਢਾਇਆ ਸਾਰਾ ਕੁਛ, ਹੈ ਨਾ, ਕਿਵੇਂ ਦਿੱਲੀ ਦੇ ਨਰਸੰਘਾਰ ਦੇ ਵਿੱਚ ਉਸ ਸਮੇਂ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੀਤਾ ਗਿਆ, ਕਿਵੇਂ ਕੀਤਾ ਗਿਆ। ਉਸੇ ਤਰ੍ਹਾਂ ਦਾ ਵਹਿਸ਼ੀਆਨਾ ਜਿਹੜਾ ਜ਼ੁਲਮ ਆ, ਜਿਹੜਾ ਜ਼ੁਲਮ ਆ, ਉਹ ਸਮੇਂ 'ਤੇ ਹੁਣ ਵੀ ਪ੍ਰਗਟਾਵਾ ਕਰਦੇ ਰਹਿੰਦੇ ਨੇ ਲੋਕ, ਜਿਹੜੇ ਅਜਿਹੀ ਸੋਚ ਦੇ, ਛੋਟੀ ਸੋਚ ਦੇ ਲੋਕ ਨੇ, ਜਿਹੜੇ ਨਹੀਂ ਸਮਝਦੇ ਇਹਨਾਂ ਚੀਜ਼ਾਂ ਨੂੰ ਵੀ ਕਿਵੇਂ ਰਲ ਕੇ ਰਹਿਣਾ,
ਕਿਵੇਂ ਆਪਾਂ ਸਤਿਕਾਰ ਕਰਨਾ ਹਰੇਕ ਦਾ। ਜੇ ਕਿਸੇ ਦੇ ਵੱਲੋਂ ਕੋਈ ਇਗਜ਼ਾਮਪਲ, ਪਹਿਲੀ ਗੱਲ ਤਾਂ ਜੋ ਹੁਣ ਤੱਕ ਅਸੀਂ ਘਟਨਾ ਪਤਾ ਕੀਤੀ ਹੈ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਵੀ ਪਹਿਲਾਂ ਘਟਨਾ ਦਾ ਪਤਾ ਕੀਤਾ ਜਾਵੇ ਵੀ ਕਾਰਨ ਕੀ ਸੀਗਾ। ਤੋ ਇਹ ਕਾਰਨ ਨਹੀਂ ਸੀਗਾ ਵੀ ਕੋਈ ਆਪਣਾ ਜਾਨਵਰ ਲੱਭਦਾ ਫਿਰਦਾ ਸੀਗਾ ਤੇ ਤੁਸੀਂ ਉਹਨਾਂ ਨੂੰ ਹੱਥ ਬੰਨ ਕੇ ਇੰਨੀ ਕਰੂਰਤਾ ਦੇ ਨਾਲ ਕੁੱਟੋ, ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰੋ, ਰੋਡਾਂ ਮਾਰੋ ਸਿਰਾਂ ਦੇ ਵਿੱਚ, ਮਾਰਨ ਤਾਂ ਕਦੀ ਕੋਸ਼ਿਸ਼ ਕਰਤੀ ਉਹਨਾਂ ਤਾਂ ਆਪਣੇ ਨੂੰ ਮਾਰ ਕੇ ਸੁੱਟਤੇ ਹੋਣਾ ਮੇਰੇ ਹਿਸਾਬ ਨਾਲ, ਤਾਂ ਐਂ ਲੱਗਦਾ ਵੀ ਜਿਵੇਂ ਮਾਰ ਕੇ ਸੁੱਟ ਦਿੱਤੇ ਹੁੰਦੇ ਨੇ ਬੱਚੇ ਨੇ ਉਹ ਕਿਸੇ ਦੇ। ਫਿਰ ਮੇਰੀ ਤਾਂ ਇੱਕ ਹੋਰ ਬੇਨਤੀ ਆ, ਸਾਡੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨਾਂ ਨੂੰ ਬੇਨਤੀ ਆ ਵੀ ਜਿਹੜੇ ਸਾਡੇ ਸਿਕਲੀਗਰ ਸਿੱਖ ਖਾਸ ਕਰਕੇ ਭੈਣ ਭਰਾ ਪੰਜਾਬ ਤੋਂ ਬਾਹਰ ਰੁਲਦੇ ਫਿਰਦੇ ਨੇ, ਆਪਣੀ ਉਹ ਕਿਰਤ ਕਰਦੇ ਨੇ, ਸ਼ਸਤਰ ਤਿਆਰ ਕਰਦੇ ਨੇ, ਆਪਾਂ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੇ ਪੰਜਾਬ 'ਚ, ਉਹਨਾਂ ਦਾ ਵਸੇਬਾ ਕਰਦੇ ਇੱਥੇ, ਉਹ ਸ਼ਸਤਰ ਤਿਆਰ ਕਰਨ, ਉਹਨਾਂ ਨੂੰ ਕੋਈ ਕਾਰੋਬਾਰ ਖੋਲ੍ਹ ਦਿੱਤੇ ਜਾਣ, ਫੈਕਟਰੀਆਂ ਲਾ ਦਿੱਤੀਆਂ ਜਾਣ, ਦੁਕਾਨਾਂ ਖੋਲ੍ਹ ਦਿੱਤੀਆਂ ਜਾਣ। ਕਿਹੜਾ ਪੈਸੇ ਦੀ ਘਾਟ ਆ? ਨਾ ਤਾਂ ਇੱਥੇ ਪੈਸੇ ਦੀ ਘਾਟ ਆ, ਨਾ ਜਗ੍ਹਾ ਦੀ ਘਾਟ ਆ, ਨੀਅਤ ਦੀ ਘਾਟ ਆ। ਸਾਡੇ ਉਹਨਾਂ ਸਿੱਖ ਭਰਾਵਾਂ ਨੂੰ, ਸ਼ਿਕਲੀਗਰਾਂ ਨੂੰ ਬੜਾ ਮਸਲਾ ਇਹ ਹੋ ਗਿਆ, ਬੜਾ ਚਿਰ ਹੋ ਗਿਆ ਇਸ ਚੀਜ਼ 'ਤੇ ਗੱਲ ਕਰਦੇ ਹਾਂ, ਅਸੀਂ ਵੀ ਰੌਲਾ ਪਾਉਂਦੇ ਹਾਂ, ਸਾਨੂੰ ਵੀ, ਹੋਰ ਵੀ ਬੜੇ ਭੈਣ ਭਰਾਵਾਂ ਵੱਲੋਂ, ਵੀ ਜਿਹੜੇ ਉਹ ਸਿਕਲੀਗਰ ਸਿੱਖ ਭੈਣ ਭਰਾ ਨੇ ਉਹਨਾਂ ਨੂੰ ਭਾਈ ਆਪਾਂ ਪੰਜਾਬ 'ਚ ਲਿਆ ਕੇ ਉਹਨਾਂ ਦਾ ਵਸੇਬਾ ਕਰਾਈਏ, ਵਸੇਬਾ ਕਰਾ ਕੇ ਉਹ ਆਪਣਾ ਇੱਥੇ ਸੋਹਣੇ ਸੱਜੇ ਢੰਗ ਨਾਲ ਰਹਿਣ, ਆਪਣੇ ਕੰਮ ਕਾਰ ਕਰਨ। ਸ਼ਸਤਰਾਂ ਬਣਾਉਂਦੇ ਨੇ ਉਹ ਕਿੱਡਾ ਸੋਹਣਾ, ਉਹ ਮਤਲਬ ਉਹਨਾਂ ਕੋਲ ਕਲਾ ਵਾ, ਮਹਾਰਾਜ ਦੇ ਸਮੇਂ 'ਤੇ ਉਹ ਸ਼ਸਤਰ ਬਣਾਉਂਦੀਆਂ, ਅੰਸਾਂ ਦੀਆਂ ਤੁਰੀਆਂ ਆਉਂਦੀਆਂ, ਅਤੇ ਉਹਨਾਂ ਨੂੰ ਇੱਥੇ ਲਿਆਈਏ, ਉਹ ਸ਼ਸਤਰ ਤਿਆਰ ਕਰਨ। ਸ਼ਸਤਰ ਤਾਂ ਆਪਾਂ ਸਿੱਖਾਂ ਨੂੰ ਆਪਣਾ ਅੰਗ ਆ, ਹਿੱਸਾ ਵਾ ਸਿੱਖਾਂ ਦਾ, ਸ਼ਸਤਰ ਤਾਂ ਆਪਾਂ ਸ਼ੌਂਕ ਨਾਲ ਰੱਖਦੇ ਹਾਂ, ਅਤੇ ਉਹ ਇੱਥੇ ਆਪਣਾ ਸ਼ਸਤਰ ਲਿਆਉਣ, ਵੇਚਣ, ਆਪਣਾ ਰੋਟੀ ਪਾਣੀ ਚੱਲੇ, ਨਾਲੇ ਉਹ ਇੱਥੇ ਸੁਰੱਖਿਅਤ ਮਹਿਸੂਸ ਕਰਨ। ਸੋ ਉਹ ਸਾਡੇ ਥੋੜ੍ਹੇ ਜਿਹੇ ਸਿੱਖ ਨੇ, ਇੱਕ ਸਭ ਤੋਂ ਵੱਡੀ ਗੱਲ ਵੀ ਉਹ ਵੇਖੋ ਸਿੱਖੀ 'ਚ ਪਰਪੱਕ ਰਹਿੰਦੇ ਨੇ, ਉਹ ਕੇਸ ਨਹੀਂ ਕਟਾਉਣ ਦਿੰਦੇ ਆਪਣੇ ਬੱਚਿਆਂ ਨੂੰ। ਮੈਂ ਚਲੋ ਦੂਜੇ ਵਿਸ਼ੇ 'ਚ ਕਿਸੇ ਨਹੀਂ ਪੈਂਦਾ, ਪਰ ਉਹ ਕੇਸ ਆਪਣੇ ਬੱਚਿਆਂ ਨੂੰ ਕਟਾਉਣ ਦਿੰਦੇ, ਜੇ ਕੋਈ ਉਹਨਾਂ ਦਾ ਬੱਚਾ ਕੇਸ ਕਟਾ ਦੇ ਤਾਂ ਉਹ ਆਨੰਦ ਕਾਰਜ ਨਹੀਂ ਹੋਣ ਦਿੰਦੇ ਆਪਸ ਦੇ ਵਿੱਚ। ਇੱਦਾਂ ਦੀ ਕੱਟੜਤਾ ਵਾ ਉਹਨਾਂ ਦੇ ਵਿੱਚ, ਮਰਿਆਦਾ ਧਰਮ ਦੇ ਪ੍ਰਤੀ ਆਪਣੀ ਕੱਟੜਤਾ ਕਹਿ ਦਿੰਦੇ ਲੋਕ, ਮੇਰਾ ਵੀ ਵਰਡ ਜਿਹੜਾ ਕੱਟੜ ਯੂਜ਼ ਕੀਤਾ ਮੈਂ, ਵੀ ਉਹ ਲੋਕ ਕੱਟੜ ਕਹਿ ਦਿੰਦੇ ਆ, ਆਪਾਂ ਵੀ ਕੱਟੜ ਹੀ ਕਹਿੰਦੇ, ਕਿਉਂਕਿ ਧਰਮ 'ਚ ਕੱਟੜ ਹੋਣਾ, ਕੱਟੜ ਦਾ ਭਾਵ ਆਪਣੀ ਮਰਿਆਦਾ ਦੇ ਸਿਧਾਂਤਾਂ 'ਤੇ ਖੜ੍ਹੇ ਹੋਣਾ ਜਿਹੜਾ ਵਾ, ਉਹ ਬਹੁਤ ਜ਼ਰੂਰੀ ਹੁੰਦਾ। ਸੋ ਉਹ ਬਹੁਤ ਸੱਜੇ ਢੰਗ ਨਾਲ ਆਪਣੇ ਧਰਮ ਦੇ ਪ੍ਰਤੀ ਸੁਚੇਤ ਨੇ, ਚੜ੍ਹਦੀ ਕਲਾ 'ਚ ਰਹਿੰਦੇ ਨੇ। ਸੋ ਸਾਡਾ ਫਰਜ਼ ਬਣਦਾ, ਸਾਡੀਆਂ ਸੰਸਥਾਵਾਂ ਦਾ ਫਰਜ਼ ਬਣਦਾ ਵੀ ਅਸੀਂ ਆਪਣੇ ਉਹਨਾਂ ਭੈਣ ਭਰਾਵਾਂ ਦੀ ਬਾਂਹ ਫੜੀਏ। ਇਹ ਨਾ ਹੋਵੇ ਵੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਹੋਵੇ ਵੀ ਨਹੀਂ, ਸਾਡੇ ਨਾਲ ਇੰਨਾ ਜ਼ੁਲਮ ਹੋਇਆ, ਸਾਡੇ ਨਾਲ ਇੰਨਾ ਧੱਕਾ ਹੋ ਰਿਹਾ, ਅਸੀਂ ਰੋਲਦੇ ਫਿਰਦੇ ਹਾਂ ਅਤੇ ਸਾਡੀ ਕੋਈ ਬਾਂਹ ਨਹੀਂ ਫੜ ਰਿਹਾ, ਸਾਡੇ ਆਪਣੇ ਸਾਡੀ ਬਾਂਹ ਨਹੀਂ ਫੜ ਰਹੇ। ਸੋ ਆਪਾਂ ਨੂੰ ਸਮਰੱਥਾ ਬਖਸ਼ੀ ਆ ਮਹਾਰਾਜ ਨੇ, ਕਿਸੇ ਚੀਜ਼ ਦੀ ਪੰਥ ਨੂੰ ਘਾਟ ਨਹੀਂ ਹੈਗੀ, ਸਾਡੇ ਕੋਲ ਸਾਰਾ ਕੁਛ ਆ, ਦਸਮੰਦ ਵੀ ਸੰਗਤ ਬਹੁਤ ਦਿੰਦੀ ਆ, ਸਾਡੇ ਕੋਲ ਸਾਧਨ ਵੀ ਬੜੇ ਨੇ, ਸਾਡੀਆਂ ਸੰਸਥਾਵਾਂ ਬਹੁਤ ਅਮੀਰ ਨੇ। ਸੋ ਇਹ ਕਰਨਾ ਕੋਈ ਏਡਾ ਵੱਡਾ ਕੰਮ ਨਹੀਂ, ਸਿਰਫ ਨੀਅਤ ਦੀ ਘਾਟ ਆ, ਸਾਡੀ ਨੀਅਤ ਨਹੀਂ ਹੈਗੀ, ਇਸ ਕਰਕੇ ਅਸੀਂ ਨਹੀਂ ਕਰ ਰਹੇ। ਜੇ ਸਾਡੀ ਨੀਅਤ ਹੋਵੇ ਤਾਂ ਸਭ ਕੁਛ ਹੋ ਸਕਦਾ। ਸੋ ਮੇਰੀ ਬੇਨਤੀ ਹੈ ਸਾਡੀਆਂ ਸੰਸਥਾਵਾਂ ਨੂੰ, ਬਾਕੀ ਉਸ ਇਲਾਕੇ ਦੇ ਵਿੱਚ ਜਿਹੜੇ ਸੁਹਿਰਦ ਸੱਜਣ ਨੇ ਯੂਪੀ ਸਾਈਡ ਦੇ ਵਿੱਚ, ਉਹ ਅਸੀਂ ਐਡਰੈਸ ਵਗੈਰਾ ਵੀ ਫੇਸਬੁੱਕ ਦੇ ਉੱਤੇ ਪਾ ਦਿੰਦੇ ਹਾਂ, ਜਿਹੜੇ ਜਿਹੜੇ ਭੈਣ ਭਰਾ ਉੱਥੇ ਸੰਪਰਕ ਕਰ ਸਕਦੇ ਉਹਨਾਂ ਬੱਚਿਆਂ ਨਾਲ ਕਰਨ, ਉਹਨਾਂ ਨੂੰ ਹੱਕ ਇਨਸਾਫ ਦੀ ਉਹਨਾਂ ਦੇ ਵਾਸਤੇ ਲੜਨ, ਉਹਨਾਂ ਨੂੰ ਇਨਸਾਫ ਦਿਵਾਉਣ, ਉਹਨਾਂ ਨਾਲ ਹੋਈ ਕੁੱਟਮਾਰ ਦੇ ਬਾਰੇ ਜਿਹੜਾ ਉੱਥੇ ਕੀਤਾ ਜਾਵੇ ਹੱਲ ਜੋ ਵੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਵੱਲੋਂ ਵੀ ਆਪਣਾ ਕੋਈ ਜ਼ਿੰਮੇਵਾਰ ਬੰਦਿਆਂ ਨੂੰ ਉੱਥੇ ਭੇਜਿਆ ਜਾਵੇ ਅਤੇ ਉਹਨਾਂ ਦੀ ਪੈਰਵੀ ਕੀਤੀ ਜਾਵੇ। ਦੂਸਰਾ ਭਾਈ ਇਹ ਆ ਵੀ ਇਕੱਠੇ ਹੋਵੋ, ਇੱਕ ਮੁੱਠ ਹੋ ਕੇ ਰਿਹਾ ਕਰੋ। ਜਦੋਂ ਕੋਈ ਤੁਹਾਡੇ ਕਿਸੇ ਭੈਣ ਭਰਾ ਦੇ ਉੱਤੇ ਚੜ੍ਹ ਕੇ ਆਉਂਦਾ, ਕੋਈ ਜ਼ੁਲਮ ਕਰਦਾ, ਬਾਸ਼ੱਕ ਤੁਹਾਡੇ ਉਹ ਕਿਸੇ ਭੈਣ ਭਰਾ ਦੇ ਉੱਤੇ ਸਰੀਰਕ ਤੌਰ 'ਤੇ ਜ਼ੁਲਮ ਹੁੰਦਾ ਹੋਵੇ, ਭਾਵੇਂ ਤੁਹਾਡੇ ਸਿਧਾਂਤਾਂ 'ਤੇ ਹੋਵੇ, ਤੁਹਾਡੀ ਮਰਿਆਦਾ 'ਤੇ ਹੋਵੇ, ਤੁਹਾਡੇ ਗੁਰੂ ਦੇ ਉੱਤੇ ਹੋਵੇ, ਜ਼ੁਲਮ ਦਾ ਟਾਕਰਾ ਜਿਹੜਾ ਉਹ ਸਬਰ ਦੇ ਨਾਲ ਕਰਨਾ ਬਹੁਤ ਵਧੀਆ ਗੱਲ ਆ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ, ਪਰ ਕਿੰਨਾ ਕੁ ਚਿਰ ਇਹ ਵੀ ਦੇਖਣਾ ਪਊਗਾ ਵੀ ਕਿੰਨਾ ਕੁ ਚਿਰ ਅਸੀਂ ਮੁਕਾਬਲਾ ਸਬਰ ਨਾਲ ਕਰੀ ਜਾਵਾਂਗੇ, ਕਿੰਨਾ ਕੁ ਚਿਰ ਦਾੜੇ ਪਟਾਵਾਂਗੇ, ਕਿੰਨਾ ਕੁ ਚਿਰ ਕੇਸ ਪਟਾਵਾਂਗੇ, ਕਿੰਨਾ ਚਿਰ ਦਸਤਾਰਾਂ ਲਵਾਵਾਂਗੇ। ਆਖਿਰ 'ਤੇ ਭਾਈ ਸਾਨੂੰ ਮਹਾਰਾਜ ਦਾ ਜਿਹੜਾ ਹੁਕਮ ਆ, ਸਾਨੂੰ ਉੱਤੇ ਹੀ ਪਹਿਰਾ ਦੇਣਾ ਪੈਣਾ। ਜੇ ਸਾਨੂੰ ਸ਼ਸਤਰ ਮਹਾਰਾਜ ਨੇ ਬਖਸ਼ਿਆ ਅਤੇ ਸ਼ਸਤਰ ਆਪਾਂ ਧਾਰਨ ਕਰੀਏ, ਆਪਾਂ ਅੰਮ੍ਰਿਤ ਦੀ ਦਾਤ ਲਈਏ, ਚੂਲਾ ਛਕੀਏ, ਬਾਣਾ ਪਾਈਏ, ਬਾਣੀ 'ਤੇ ਬਾਣੀ ਦੀ ਧਾਰਨੀ ਹੋਈਏ, ਸ਼ਸਤਰ ਨੂੰ ਆਪਾਂ ਕੋਲ ਰੱਖੀਏ। ਜੇ ਸ਼ਸਤਰ ਸਾਡੇ ਕੋਲ ਹੋਊਗਾ ਅਤੇ ਜਦੋਂ ਸਾਡੇ 'ਤੇ ਕੋਈ ਚੜ੍ਹ ਕੇ ਆਊਗਾ ਤਾਂ ਅਸੀਂ ਸ਼ਸਤਰ ਦੀ ਵਰਤੋਂ ਕਰ ਸਕਾਂਗੇ। ਸੋ ਇਹ ਬੇਨਤੀਆਂ ਨੇ, ਧੰਨਵਾਦ। ਇਹ ਬੱਚਿਆਂ ਦੇ ਵਾਸਤੇ ਵੀਡੀਓ ਪਾਉਣ ਦਾ ਮਕਸਦ ਇਹ ਵੀ ਦੇਖਿਆ, ਮਨ ਨੂੰ ਬੜਾ ਦੁੱਖ ਲੱਗਾ। ਅਰਦਾਸ ਕਰਦੇ ਕਿ ਸਾਨੂੰ ਸਮਰੱਥਾ ਮਹਾਰਾਜ ਨੇ ਬਖਸ਼ੇ, ਅਸੀਂ ਉਸੇ ਵੇਲੇ ਜਿਹੜਾ ਉੱਡ ਕੇ ਉੱਥੇ ਪਹੁੰਚ ਜਾਂਦੇ, ਸ਼ਾਇਦ ਕਾਸ਼ ਸਾਡੇ ਕੋਲ ਇੰਨੀ ਸਮਰੱਥਾ ਹੁੰਦੀ ਤਾਂ ਅਸੀਂ ਜਾ ਕੇ ਜ਼ਰੂਰ ਕਰਦੇ। ਪਰ ਬੇਨਤੀ ਉਹ ਕਰ ਸਕਦੇ ਹਾਂ ਵੀ ਜਿਨ੍ਹਾਂ ਕੋਲ ਸਮਰੱਥਾ ਹੈਗੀ ਹੈ, ਜਿਨ੍ਹਾਂ ਕੋਲ ਸਾਧਨ ਹੈਗੇ ਨੇ, ਉਹ ਉੱਥੇ ਪਹੁੰਚ ਕੇ ਜ਼ਰੂਰ ਜਿਹੜੀ ਹੈ ਵੱਧ ਤੋਂ ਵੱਧ ਜੋ ਵੀ ਉਹਨਾਂ ਬੱਚਿਆਂ ਦੀ ਮਦਦ ਹੋ ਸਕਦੀ ਆ ਕੀਤੀ ਜਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।